ਇਹ ਵੀ ਮਹਾਰਾਜ ਬਚਨ ਕਹੇ ਸੀ। ਸਿੰਘਾਂ ਕਿਹਾ ਮਹਾਰਾਜ ਜੀ ਇਸੇ ਹੀ ਸਰੂਪ ਦਾ ਦਰਸ਼ਨ ਅਸੀਂ ਕਰਨਾ ਹੋਵੇ ਤੇ ਮਹਾਰਾਜ ਕਹਿੰਦੇ ਸ਼ਬਦ ਦਾ ਅਭਿਆਸ ਕਰਕੇ ਜੇ ਕਾਮਨਾ ਕਰੋਗੇ ਤੇ ਇਸੇ ਰੂਪ ਵਿੱਚ ਵੀ ਮੈਂ ਦਰਸ਼ਨ ਦੇਵਾਂਗਾ। ਇਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕਹੇ ਸੀ ਤੇ ਉਹ ਦਰਸ਼ਨ ਤਾਂ ਸਾਧ ਸੰਗਤ ਜੀ ਜਿਸ ਦਰਸ਼ਨ ਨੂੰ ਭਾਈ ਨੰਦ ਲਾਲ ਜੀ ਨੇ ਵੇਖਿਆ, ਜਿਸ ਦਰਸ਼ਨ ਨੂੰ ਸਤਿਗੁਰੂ ਜੀ ਦੇ ਹਜ਼ੂਰੀ ਸਿੰਘਾਂ ਨੇ ਵੇਖਿਆ, ਤੇ ਜੇ ਉਹਨਾਂ ਕੋਲੋਂ ਪੁੱਛਿਆ ਕਿ ਮਹਾਰਾਜ ਦਾ ਦਰਸ਼ਨ ਕੈਸਾ ਸੀ ਤੇ ਸਾਧ ਸੰਗਤ ਜੀ ਉਹ ਜ਼ਿਕਰ ਆਉਂਦਾ ਹੈ ਕਿ ਸ਼ੇਰੇ ਪੰਜਾਬ ਜੀ ਨੇ ਇੱਕ ਵਾਰੀ ਢੰਡੋਰਾ ਲਗਵਾ ਦਿੱਤਾ ਸੀ ਕਿ ਜਿਸ ਕਿਸੇ ਸਿੰਘ ਨੇ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਹੋਵੇ, ਜੇ ਉਹ ਜਿਉਂਦਾ ਹੋਵੇ ਤਾਂ ਮੈਂ ਉਹਦਾ ਦਰਸ਼ਨ ਕਰਨਾ ਚਾਹੁੰਦਾ। ਅਤੇ ਸਤਸੰਗਤ ਜੀ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਸੀ ਅਤੇ 100 ਸਾਲ ਤੋਂ ਉੱਤੇ ਉਮਰ ਸੀ ਨਿਹੰਗ ਸਿੰਘ ਜੀ ਦੀ, ਜਿਨ੍ਹਾਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਪ੍ਰਤੱਖ ਦਰਸ਼ਨ ਕੀਤਾ। ਜਦੋਂ ਸ਼ੇਰੇ ਪੰਜਾਬ ਜੀ ਦੇ ਐਲਾਨ ਕਰਨ 'ਤੇ ਨਿਹੰਗ ਸਿੰਘ ਜੀ ਲਾਹੌਰ ਆਏ ਅਤੇ ਮਹਾਰਾਜਾ ਸਾਹਿਬ ਨੂੰ ਦੱਸਿਆ ਕਿ ਇੱਕ ਨਿਹੰਗ ਸਿੰਘ ਜੀ ਆਏ ਆ, ਬੜੀ ਬਿਰਦ ਅਵਸਥਾ ਹੈ, ਉਹ ਕਹਿੰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਕੀਤਾ ਹੈ। ਸ਼ੇਰੇ ਪੰਜਾਬ ਜੀ ਨੂੰ ਜਦੋਂ ਪਤਾ ਲੱਗਾ ਅਤੇ ਸ਼ਾਹੀ ਕਿਲ੍ਹੇ ਤੋਂ ਦੂਰ ਤੱਕ ਸਾਧ ਸੰਗਤ ਜੀ ਗਲੀਚੇ ਵਿਛਾਏ ਗਏ, ਆਪਣੀ ਸੋਨੇ ਦੀ ਪਾਲਕੀ ਭੇਜੀ ਕਿ ਉਹਨਾਂ ਨੂੰ ਇਸ ਪਾਲਕੀ 'ਤੇ ਸਵਾਰ ਕਰਾ ਕੇ ਲੈ ਕੇ ਆਓ। ਜਦੋਂ ਪਾਲਕੀ 'ਤੇ ਸਵਾਰ ਕਰਕੇ ਲੈ ਕਰਕੇ ਆਏ, ਸ਼ੇਰੇ ਪੰਜਾਬ ਜੀ ਨੇ ਬੜੀ ਸਦਰ ਨਾਲ ਉਹਨਾਂ ਦੇ ਚਰਨ ਪਰਤੇ ਅਤੇ ਬੜੇ ਸਤਿਕਾਰ ਨਾਲ ਲਿਆ ਕਰਕੇ ਆਪਣੇ ਸੋਨੇ ਦੇ ਤਖ਼ਤ 'ਤੇ ਬਿਠਾਇਆ ਅਤੇ ਉਹ ਸਿੰਘ ਨੇ ਸੀਸ 'ਤੇ ਸਰਲਾ ਸਜਾਇਆ ਹੋਇਆ। ਸੋਨੇ ਦੇ ਤਖ਼ਤ 'ਤੇ ਬੈਠੇ ਉਹ ਨਿਹੰਗ ਸਿੰਘ ਜੀ, ਜਿਨ੍ਹਾਂ ਦੀ ਬੜੀ ਬਿਰਧ ਆਯੂ ਹੈ, ਸ਼ੇਰੇ ਪੰਜਾਬ ਜੀ ਉਹਨਾਂ ਦੇ ਚਰਨਾਂ ਵਿੱਚ ਬੈਠ ਗਏ, ਦੋਵੇਂ ਹੱਥ ਜੋੜ ਕਰਕੇ ਕਹਿੰਦੇ ਆ, ਖਾਲਸਾ ਜੀ ਮੈਨੂੰ ਕੇਵਲ ਇੰਨਾ ਬਚਨ ਦੱਸੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਚਿਹਰਾ ਕਿਹੋ ਜਿਹਾ। ਜਦੋਂ ਇਹ ਪੁੱਛਿਆ ਨਿਹੰਗ ਸਿੰਘ ਜੀ ਨੂੰ ਅਤੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਵੀ ਲਿਖਿਆ ਕਿ ਸ਼ੇਰੇ ਪੰਜਾਬ ਜੀ ਦੇ ਪੁੱਛਦੇ ਅਨੁਸਾਰ ਹੀ ਨਿਹੰਗ ਸਿੰਘ ਜੀ ਦੇ ਜਰੋ ਜਾਰ ਨੇਤਰਾਂ ਵਿੱਚ ਬਰਾਗ ਦੀ ਝੜੀ ਲੱਗ ਗਈ। ਕੁਝ ਬੋਲਣਾ ਚਾਹੁੰਦੇ ਆ ਪਰ ਬੋਲਣ ਤੋਂ ਅਸਮਰੱਥ ਬੋਲਿਆ ਨਹੀਂ ਗਿਆ। ਕਿੰਨਾ ਸਮਾਂ ਰੁਕ ਕੇ ਕਿਹਾ, ਮਹਾਰਾਜਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਕਿਸੇ ਨੇ ਉਹ ਦਰਸ਼ਨ ਵੇਖੇ ਹੈ, ਉਹਦੇ ਨੇਤਰ ਜਾਣਦੇ ਆ, ਉਹਨੂੰ ਉਹ ਅਨੁਭਵ ਹੈ, ਉਹਨਾਂ ਅਨੁਭਵ ਨੂੰ ਸ਼ਬਦਾਂ ਦਾ ਰੂਪ ਦੇ ਕੇ ਮੈਂ ਸ਼ੇਰੇ ਪੰਜਾਬ ਜੀ ਆਪ ਨੂੰ ਨਹੀਂ ਦੱਸ ਸਕਦਾ। ਮਹਾਰਾਜੇ ਨੇ ਬੜੀ ਨਿਮਰਤਾ ਸਹਿਤ ਕਿਹਾ, ਸਿੰਘ ਸਾਹਿਬ ਜੀ ਮੈਨੂੰ ਕੁਝ ਤਾਂ ਦੱਸੋ, ਵੇਖੋ ਗੁਰੂ ਸਾਹਿਬ ਦੇ ਪ੍ਰਤੀ ਕਿੰਨੀ ਸ਼ਰਧਾ ਅਤੇ ਨਿਮਰਤਾ ਸੀ ਸਾਡੇ ਮਹਾਰਾਜੇ ਦੇ ਅੰਦਰ, ਸਤਿਗੁਰਾਂ ਜੀ ਦੀ ਬਾਬਤ ਕਿੰਨੀ ਸ਼ਰਧਾ ਨਾਲ ਪੁੱਛ ਰਹੇ ਆ, ਮੈਨੂੰ ਕੁਝ ਤਾਂ ਮਹਾਰਾਜ ਦੀ ਬਾਬਤ ਦੱਸੋ। ਅਤੇ ਨਿਹੰਗ ਸਿੰਘ ਜੀ ਨੇ ਤਿਸ ਸਮੇਂ ਕਿਹਾ ਸੀ ਕਿ ਮੇਰੇ ਨਾਲ ਵਾਪਰੀ ਹੋਈ ਘਟਨਾ ਜਿਹੜੀ ਆ ਉਹ ਮੈਂ ਆਪ ਨੂੰ ਦੱਸਦਾ ਕਿ ਹਜ਼ੂਰ ਜਦੋਂ ਘੋੜੇ 'ਤੇ ਸਵਾਰ ਹੋਣ ਲੱਗਦੇ ਸੀ, ਦੂਸਰੇ ਪਾਸੇ ਦੀ ਰਕਾਬ ਸੇਵਾਦਾਰ ਨੇ ਦਬਾਉਣੀ ਹੁੰਦੀ ਸੀ ਅਤੇ ਸਤਿਗੁਰੂ ਕਾਠੀ ਦਾ ਆਸਣ ਗ੍ਰਹਿਣ ਕਰਦੇ ਹੁੰਦੇ ਸੀ। ਇੱਕ ਦਿਨ ਕੋਲ ਨਾ ਸੀ ਕੋਈ ਅਤੇ ਇਹ ਸੇਵਾ ਮੈਨੂੰ ਮਿਲ ਗਈ। ਜਦੋਂ ਹਜ਼ੂਰ ਦੀ ਉਹ ਰਕਾਬ ਮੈਂ ਦਬਾਈ ਹੋਈ ਸੀ, ਸਤਿਗੁਰਾਂ ਕਾਠੀ ਦਾ ਆਸਣ ਗ੍ਰਹਿਣ ਕੀਤਾ, ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਮੈਂ ਉਹ ਰਕਾਬ ਸਿੱਧੀ ਕੀਤੀ ਕਿ ਸਤਿਗੁਰੂ ਚਰਨ ਵਿੱਚ ਧਰ ਲੈਣ, ਉਸ ਸਮੇਂ ਮਹਾਰਾਜ ਦੇ ਚਰਨਾਂ ਨੂੰ ਮੇਰਾ ਹੱਥ ਲੱਗ ਗਿਆ। ਬਸ ਹੱਥ ਲੱਗਦਿਆਂ ਸਾਰ ਹੀ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਦੀਵੇ ਦੀ ਲਾਟ ਇੱਕ ਬਹੁਤ ਵੱਡੇ ਪ੍ਰਕਾਸ਼ ਵਿੱਚ ਸਮਾ ਗਈ ਹੋਵੇ। ਨਾ ਤਾਂ ਮੈਨੂੰ ਉਸ ਸਮੇਂ ਸਰੀਰ ਦੀ ਸੁੱਧ ਰਹੀ, ਨਾ ਮੈਨੂੰ ਇਹ ਪਤਾ ਲੱਗਾ ਕਿ ਮੈਂ ਆਪ ਹਾਂ। ਸਰੀਰ ਦੀ ਉਪਾਧੀ ਮਿਟ ਗਈ, ਬੁੱਧੀ ਦੀ ਉਪਾਧੀ ਮਿਟ ਗਈ, ਮੈਂ ਇਉਂ ਲੱਗਾ ਜਿਵੇਂ ਪ੍ਰਕਾਸ਼ ਦੇ ਸੋਮੇ ਵਿੱਚ ਲੀਨ ਹੋ ਗਿਆ ਹੋਵਾਂ। ਮੈਨੂੰ ਕੁਛ ਵੀ ਉਸ ਸਮੇਂ ਆਪਣੇ ਆਪ ਦੀ ਸੋਝੀ ਨਾ ਰਹੀ। ਬੜਾ ਸਮਾਂ ਜਦੋਂ ਸਰੀਰ ਵਿੱਚ ਸੁੱਤ ਪਰਤੀ, ਉਹ ਆਨੰਦ ਅਤੇ ਰਸ ਸਦਾ ਲਈ ਮੇਰੀ ਜ਼ਿੰਦਗੀ ਦੇ ਅੰਦਰ ਕਾਇਮ ਹੋ ਗਿਆ। ਉਸੇ ਰਸ ਅਤੇ ਆਨੰਦ ਨੂੰ ਮੈਂ ਸਦਾ ਆਪਣੇ ਅੰਦਰ ਸੰਭਾਲ ਕੇ ਰੱਖਿਆ ਹੋਇਆ, ਜਿਸ ਕਰਕੇ ਕਿ ਮੇਰੀ ਜ਼ਿੰਦਗੀ ਦਾ ਆਧਾਰ ਉਹੋ ਹੀ ਰਸ ਬਣਿਆ ਹੋਇਆ ਜੋ ਸਤਿਗੁਰਾਂ ਜੀ ਦੇ ਚਰਨਾਂ ਨੂੰ ਮੈਂ ਪਰਸਿਆ ਸੀ, ਸ਼ੇਰੇ ਪੰਜਾਬ ਜੀ ਦੇ ਨੇਤਰ ਬਿਰਾਗ ਨਾਲ ਭਰ ਗਏ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਪੁੱਛਦਿਆਂ ਹੋਇਆ ਫਿਰ ਆਖਿਆ, ਮਹਾਰਾਜ ਜੀ ਦੇ ਚਿਹਰੇ ਦਾ ਰੰਗ ਕਿਹੋ ਜਿਹਾ ਲੱਗਦਾ? ਅਤੇ ਫਿਰ ਨਿਹੰਗ ਸਿੰਘ ਜੀ ਕਹਿੰਦੇ, ਮਹਾਰਾਜਾ ਸਾਹਿਬ ਦੱਸਿਆ ਤਾਂ ਨਹੀਂ ਜਾ ਸਕਦਾ, ਪਰ ਆਪ ਜੇ ਪੁੱਛਦੇ ਹੋ ਤਾਂ ਮੈਂ ਕੇਵਲ ਪ੍ਰਮਾਣ ਦਿੰਦਾ। ਭਾਖ ਦੇ ਲੋਹੇ ਦੇ ਉੱਤੇ
ਜੇ ਕੋਈ ਸੋਨੇ ਦੀ ਡਲੀ ਸਿੱਟ ਦੇਵੇ ਤੇ ਜਿਹੜਾ ਰੰਗ ਉੱਥੋਂ ਨਿਕਲਦਾ ਨਾ ਉਹ ਸਤਿਗੁਰਾਂ ਦੇ ਮਸਤਕ ਤੋਂ ਪਾਸਦਾ ਹੁੰਦਾ ਸੀ ਤੇ ਫਿਰ ਵੀ ਕਹਿੰਦੇ ਮੈਂ ਇੱਕ ਪ੍ਰਮਾਣ ਹੀ ਦਿੱਤਾ ਹੈ ਇਹ ਵੀ ਸਤਿਗੁਰਾਂ ਜੀ ਦੇ ਚਿਹਰੇ ਨਾਲ ਰਲਾਇਆ ਨਹੀਂ ਜਾ ਸਕਦਾ ਇਹਨਾਂ ਨੂਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੁੱਖ ਮੰਡਲ ਤੋਂ ਵਰਦਾ ਸੀ ਇਸੇ ਕਰਕੇ ਕਿ ਜਿਹੜਾ ਦੀਦਾਰ ਪਾ ਲੈਂਦਾ ਸੀ ਸੈਦ ਖਾਂ ਵਰਗਿਆਂ ਦੇ ਹੱਥੋਂ ਵਿੱਚੋਂ ਵੀ ਲਹੂ ਲਿਬੜੀਆਂ ਤਲਵਾਰਾਂ ਡਿੱਗ ਗਈਆਂ ਸੀ ਅਤੇ ਘੋੜਿਆਂ ਤੋਂ ਉਤਰ ਕੇ ਹਜ਼ੂਰ ਦੇ ਚਰਨਾਂ 'ਤੇ ਸੀਸ ਰੱਖ ਕੇ ਸਦਾ ਲਈ ਮੁਰੀਦ ਬਣ ਗਏ ਸੀ ਜਿਹੜੇ ਸਤਿਗੁਰੂ ਜੀ ਦਾ ਸੀਸ ਕੱਟਣ ਵਾਸਤੇ ਆਏ ਸੀ ਗਰੀਬ ਨਵਾਜ ਸਤਿਗੁਰਾਂ ਜੀ ਦਾ ਜਿਸ ਜਿਸ ਦਰਸ਼ਨ ਕੀਤਾ ਉਹ ਸਾਧ ਸੰਗਤ ਜੀ ਸਤਿਗੁਰਾਂ ਜੀ ਦਾ ਮੁਰੀਦ ਹੋ ਗਿਆ ਐਸੇ ਸਮਰੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੰਘ ਹੋਣ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਸਮਰੱਥ ਗੁਰੂ ਦੇ ਆਪਾਂ ਸਿੱਖ ਹਾਂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰੀਏ ਅਤੇ ਹਜ਼ੂਰ ਸਾਡੇ ਅੰਦਰ ਹੀ ਰਮਦੇ ਹੈ ਸੱਚੇ ਪਾਤਸ਼ਾਹ ਨੇ ਕਿਹਾ ਖਾਲਸਾ ਜੀ ਮੈਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ ਸਦਾ ਹੀ ਤੁਹਾਡੇ ਨਾਲ ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਹਜ਼ੂਰ ਦੀ ਸਿੱਖਿਆ ਦਾ ਪਾਲਣ ਕਰ ਸਕੀਏ।